राजा वड़िंग की जलंधर फेरी ने बागो बाग किते कांग्रेसी रूसियां नूं मनाउंदे हुए दिखे कांग्रेस प्रधान पार्टी नूं इकजुट करन दी कोशिश च राजा वड़िंग जलंधर जिमनी चोण च वड्डी जित दा कीता दावा हाल ही दे विच राजा वड़िंग दे वल्लों जलंधर दा दौरा कीता गया जिस दौरान ओह वख-वख पार्टी दे लीडरां अते वर्करां दे नाल मुलाकात करदे हुए नजर आए इन्हां मुलाकातां दा मकसद सी आगामी चोणां दे वास्ते वर्करां दे विच जोश भरना जिस दे विच काफी हद तक राजा वड़िंग नूं कामयाब दस्या जा रहा है दसदी कि जलंधर फेरी दे दौरान राजा वड़िंग पार्टी दे कई सीनियर लीडरां दे नाल मुलाकात करदे हुए नजर आए वर्करां दे नाल वी उन्हां दे वल्लों मीटिंग्स कीतियां गईयां विधानसभा चोणां च करारी हार तो बाद कांग्रेस पार्टी हुण लगातार आगामी चोणां दे वास्ते तैयारी करदी हुई नजर आ रही है राहुल गांधी दी भारत जोड़ो यात्रा दे दौरान वी कांग्रेसी वर्करां दे विच खासा उत्साह देखण नूं मिलिया ते इस दे बाद हुण राजा वड़िंग पंजाब भर दे विच जा के मीटिंग्स कर रहे ने ते इसे दे चलदे जलंधर दे विच वी उन्हां दे वल्लों खास तौर दे उपर पार्टी वर्करां अते लीडरां नूं खुल्ला समां दित्ता गया जिस दौरान उन्हां दे वल्लों अगली रणनीति वी बनाई गई अते नाल दी नाल वर्करां दे दिल नूं वी टोया गया जलंधर दे नाल नाल राजा वड़िंग ਇੱਥੇ ਨਾਲ ਲੱਗਦੇ ਹਲਕਿਆਂ ਦੇ ਵਿੱਚ ਵੀ ਫੇਰੀਆਂ ਪਾਉਂਦੇ ਹੋਏ ਨਜ਼ਰ ਆਏ ਆਦਮਪੁਰ ਹਲਕੇ ਦੇ ਵੀ ਕਈ ਪਿੰਡਾਂ ਦਾ ਉਹਨਾਂ ਦੇ ਵੱਲੋਂ ਦੌਰਾ ਕੀਤਾ ਗਿਆ ਤੇ ਆਗਾਮੀ ਲੋਕ ਸਭਾ ਜ਼ਿਮਨੀ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਮੀਟਿੰਗਸ ਕੀਤੀਆਂ ਗਈਆਂ ਰਾਜਾ ਵੜਿੰਗ ਨੇ ਦਾਅਵਾ ਵੀ ਕੀਤਾ ਕਿ ਇਸ ਵਾਰ ਲੋਕਾਂ ਦਾ ਝੁਕਾਅ ਕਾਂਗਰਸ ਵੱਲ ਹੈ ਤੇ ਉਹਨਾਂ ਦੀ ਜਿੱਤ ਹਰ ਹਾਲ ਦੇ ਵਿੱਚ ਪੱਕੀ ਹੈ ਰਾਜਾ ਵੜਿੰਗ ਨੇ ਕਿਹਾ ਕਿ ਸਾਡਾ ਮਕਸਦ ਪੰਜਾਬ ਦੇ ਹਰ ਘਰ ਤੱਕ ਪਹੁੰਚ ਕਰਕੇ ਲੋਕਾਂ ਨੂੰ ਪੰਜਾਬ ਤੇ ਦੇਸ਼ ਦੀਆਂ ਸਰਕਾਰਾਂ ਵੱਲੋਂ ਕੀਤੇ ਮੰਦੇ ਹਾਲ ਤੋਂ ਜਾਣੂ ਕਰਵਾਉਣਾ ਹੈ ਇੱਥੇ ਨਹੀਂ ਰਾਜਾ ਵੜਿੰਗ ਜਲੰਧਰ ਅਤੇ ਨਾਲ ਲੱਗਦੇ ਇਲਾਕੇ ਦੇ ਵਿੱਚ ਪੈਂਦੇ ਕਈ ਧਾਰਮਿਕ ਸਥਾਨਾਂ ਦੇ ਉੱਪਰ ਵੀ ਦਰਸ਼ਨ ਕਰਦੇ ਹੋਏ ਨਜ਼ਰ ਆਏ ਇੱਥੇ ਜਲੰਧਰ ਦੇ ਮਸ਼ਹੂਰ ਸ਼੍ਰੀ ਦੇਵੀ ਤਲਾਬ ਮੰਦਿਰ ਚ ਉਹ ਨਤਮਸਤਕ ਹੋਏ ਉੱਥੇ ਹੀ ਸੱਚਖੰਡ ਡੇਰਾ ਬੱਲਾਂ ਅਤੇ ਡੇਰਾ ਸੰਤ ਬਾਬਾ ਪ੍ਰੀਤਮ ਦਾਸ ਜੀ ਵਿਖੇ ਵੀ ਉਹ ਪਹੁੰਚੇ ਜਿੱਥੇ ਉਹਨਾਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਇਸ ਮੌਕੇ ਦੇ ਉੱਪਰ ਆਦਮਪੁਰ ਤੋਂ ਵਿਧਾਇਕ ਸੁਖਿੰਦਰ ਸਿੰਘ ਕੋਟਲੀ ਵਿਧਾਇਕ ਹਰਦੇਵ ਸਿੰਘ ਲਾਲੀ ਸਾਬਕਾ ਵਿਧਾਇਕ ਸੁਸ਼ੀਲ ਰਿੰਕੂ ਸਾਬਕਾ ਵਿਧਾਇਕ ਸੁਰਿੰਦਰ ਚੌਧਰੀ ਵਿਕਰਮ ਚੌਧਰੀ ਅਤੇ ਅੰਮ੍ਰਿਤਪਾਲ ਭੌਂਸਲੇ ਵੀ ਉਹਨਾਂ ਦੇ ਨਾਲ ਨਜ਼ਰ ਆਏ ਜਦਕਿ ਜਲੰਧਰ ਦੇ ਵਿੱਚ ਹੈਨਰੀ ਪਰਿਵਾਰ ਹੋਵੇ ਜਾਂ ਹੋਰ ਲੀਡਰ ਉਹਨਾਂ ਦੇ ਵੀ ਕੋਲ ਜਾ ਕੇ ਰਾਜਾ ਵੜਿੰਗ ਮੁਲਾਕਾਤਾਂ ਕਰਦੇ ਹੋਏ ਨਜ਼ਰ ਆਏ ਇਸ ਦੇ ਨਾਲ ਹੀ ਸੋਨੂੰ ਢੇਸੀ ਅਤੇ ਅਸ਼ਵਿਨ ਭੱਲਾ ਵੀ ਰਾਜਾ ਵੜਿੰਗ ਦੀ ਇਸ ਫੇਰੀ ਦੇ ਦੌਰਾਨ ਨਾਲ ਮੌਜੂਦ ਰਹੇ ਜਦਕਿ ਸਾਬਕਾ MLA ਸੁਸ਼ੀਲ ਕੁਮਾਰ ਰਿੰਕੂ ਦੇ ਵੱਲੋਂ ਇੱਕ ਜਨ ਸੰਬੋਧਨ ਛੋਟੀ ਰੈਲੀ ਦਾ ਆਯੋਜਨ ਵੀ ਕੀਤਾ ਗਿਆ ਜਿੱਥੇ ਰਾਜਾ ਵੜਿੰਗ ਦੇ ਵੱਲੋਂ ਵਰਕਰਾਂ ਅਤੇ ਜਨਤਾ ਨੂੰ ਸੰਬੋਧਿਤ ਕੀਤਾ ਗਿਆ ਸਿਆਣਾ ਕਹਿੰਦਾ ਉਹ ਵਾਲ ਕੱਟਣਾ ਉਹ ਕਹਿੰਦਾ ਭਾਈ ਤੇਰੇ ਉਹ ਕਹਿੰਦਾ ਮੇਰੇ ਵਾਲ ਕਿੱਡੇ ਕਿੱਡੇ ਕਹਿੰਦਾ ਖਰਚਾ ਸਾਹਮਣੇ ਆ ਜਾ ਜਿਹੜੀ 30,000 ਗੱਲ ਆ ਗਈ ਕਹੀ ਹੈ 30,000 ਇਹ 30,000 ਕਦੂਗਾ ਫੇਰ ਤਾਂ ਸੁਸ਼ੀਲ ਕੁਮਾਰ ਰਿੰਕੂ ਨੂੰ ਕੁਝ ਦੇਣਾ ਪਊਗਾ ਵੱਡਾ ਅਸਰ ਇਹ 30,000 ਪਰ 30,000 ਦੇ ਨਾਮ ਤੇ ਇਹਨੇ ਤਾਲੀਆਂ ਕੱਟਣਾ ਇਹ ਗੱਲ ਤਾਂ ਮੈਨੂੰ ਚੁਣਾਵ ਹੋਣ ਤੋਂ ਬਾਅਦ ਪਤਾ ਲੱਗੂ ਰਿੰਕੂ ਜੀ ਦੀ ਥੋੜੀ ਕੱਚੀ ਹੈ ਕਿ ਪੱਕੀ ਹੈ ਪਰ ਹਜੇ ਮੋਰ ਨਹੀਂ ਲਾ ਇੱਕ ਗੱਲ ਤੇਰੀ ਪੱਕੀ ਸੀ ਉਹ ਮੈਨੂੰ ਯਕੀਨ ਹੈ ਕਿਉਂਕਿ ਮੈਂ ਸੁਸ਼ੀਲ ਕੁਮਾਰ ਰਿੰਕੂ ਨੂੰ ਯੂਥ ਕਾਂਗਰਸ ਵੇਲੇ ਦਾ ਕਈ ਸਾਲ ਪੁਰਾਣਾ ਜਿਹਾ ਜਿਹੜਾ ਇਹਨੇ ਕਿਹਾ ਵੀ ਭਈ ਥਾਰੇ ਪਰਚੇ ਚ ਪਹਿਲਾਂ ਮੈਂ ਅੰਦਰ ਜਾਊਂਗਾ ਫੇਰ ਤੁਸੀਂ ਜਾਓਗੇ ਇਹ ਪੱਕੀ ਦੱਸਦੀ ਕਿ ਰਾਜਾ ਵੜਿੰਗ ਵਿਸ਼ੇਸ਼ ਤੌਰ ਦੇ ਉੱਪਰ ਡੇਰਾ ਬੱਲਾ ਪਹੁੰਚੇ ਸਨ ਸਾਰੀ ਜੋ ਪਾਰਟੀ ਦੇ ਲੀਡਰ ਸੀਗੇ ਉਹ ਉਹਨਾਂ ਦੇ ਨਾਲ ਇੱਥੇ ਮੌਜੂਦ ਰਹੇ ਉਹਨਾਂ ਨੇ ਗੁਰੂ ਘਰ ਦਾ ਆਸ਼ੀਰਵਾਦ ਲਿਆ ਅਤੇ ਨਾਲ ਦੀ ਨਾਲ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਰਾਜਾ ਵੜਿੰਗ ਦਾ ਕਹਿਣਾ ਹੈ ਕਿ ਹਾਲੇ ਤੱਕ ਜ਼ਿਮਨੀ ਚੋਣਾਂ ਦੇ ਬਾਰੇ ਉਹਨਾਂ ਦੇ ਉਮੀਦਵਾਰ ਦਾ ਫੈਸਲਾ ਤਾਂ ਨਹੀਂ ਹੋਇਆ ਜੋ ਕਿ ਕਾਂਗਰਸ ਪ੍ਰਧਾਨ ਮਲਲਿਕਾਰਜੁਨ ਖੜਗੇ ਕਰਨਗੇ ਲੇਕਿਨ ਜੋ ਪਾਰਟੀ ਲੀਡਰਸ਼ਿਪ ਹੈ ਉਹ ਪੂਰੇ ਤਰੀਕੇ ਦੇ ਨਾਲ ਤਿਆਰ ਹੈ ਅਤੇ ਕਿਸੇ ਵੀ ਤਰੀਕੇ ਦੇ ਕੋਈ ਮਨ ਮੁਟਾਵ ਹੁਣ ਪਾਰਟੀ ਦੇ ਵਿੱਚ ਨਹੀਂ ਨੇ
ਤੇ ਇਕਜੁੱਟ ਹੋ ਕੇ ਕਾਂਗਰਸ ਇਸ ਸੀਟ ਨੂੰ ਵੱਡੇ ਫਰਕ ਦੇ ਨਾਲ ਜਿੱਤੇਗੀ ਅਤੇ ਨਾਲ ਦੀ ਨਾਲ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਵੀ ਕਾਂਗਰਸ ਦੀ ਜਿੱਤ ਦਾ ਰਾਹ ਪੱਧਰਾ ਕਰੇਗੀ। ਬਿਊਰੋ ਰਿਪੋਰਟ, ਦੈਨਿਕ ਸਵੇਰਾ ਟੀਵੀ।